प्राइम डिबेट ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਅਦਾਲਤਾਂ ਵੱਲੋਂ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ, ਕੀ ਇਸ ਸਜ਼ਾ ਨਾਲ ਇਨਸਾਫ ਯਕੀਨੀ ਹੁੰਦਾ ਹੈ ਜਾਂ ਬੇਇਨਸਾਫੀ ਪੱਕੇ ਪੈਰੀ ਹੋ ਜਾਣ ਦੀ ਸੰਭਾਵਨਾ ਕਾਇਮ ਰਹਿੰਦੀ ਹੈ, ਕੀ ਇਸ ਸਜ਼ਾ ਨਾਲ ਅਪਰਾਧ ਘਟਦਾ ਹੈ ਜਾਂ ਕੋਈ ਫਰਕ ਨਹੀਂ ਪੈਂਦਾ, ਇਹ ਸਜ਼ਾ ਸਮਾਜ ਜਾਂ ਰਾਜਤੰਤਰ ਬਾਰੇ ਕੀ ਟਿੱਪਣੀ ਕਰਦੀ ਹੈ, ਸਭਿਅਤਾ ਦੇ ਮੌਜੂਦਾ ਪੜਾਅ ਉੱਤੇ ਅਜਿਹੀ ਸਜ਼ਾ ਦੇਣ ਦੇ ਕੀ ਮਾਇਨੇ ਨੇ। ਇਹ ਸਵਾਲ ਨੈਨਾਸਾਨੀ ਦੇ ਮਾਮਲੇ ਵਿੱਚ ਵੀ ਪੁੱਛਿਆ ਜਾਣਾ ਚਾਹੀਦਾ ਹੈ ਅਤੇ ਬਾਥੇ ਕਤਲੇਆਮ ਦੇ ਹਵਾਲੇ ਨਾਲ ਵੀ ਪੁੱਛਿਆ ਜਾਣਾ ਚਾਹੀਦਾ ਹੈ। 10 ਅਕਤੂਬਰ ਨੂੰ ਆਲਮੀ ਪੱਧਰ ਉੱਤੇ ਮੌਤ ਦੀ ਸਜ਼ਾ ਵਿਰੋਧੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇਸ ਵੇਲੇ 23 ਕੈਦੀਆਂ ਨੂੰ ਕਦੇ ਵੀ ਫਾਂਸੀ ਦਿੱਤੀ ਜਾ ਸਕਦੀ ਹੈ, ਕਿਉਂਕਿ ਜਾਂ ਤਾਂ ਇਹਨਾਂ ਦੀ ਰਹਿਮ ਦੀ ਅਰਜ਼ੀ ਰਾਸ਼ਟਰਪਤੀ ਵੱਲੋਂ ਰੱਦ ਕੀਤੀ ਜਾ ਚੁੱਕੀ ਹੈ ਜਾਂ ਉਹਨਾਂ ਦੀ ਅਰਜ਼ੀ ਉੱਤੇ ਕਿਸੇ ਵੀ ਦਿਨ ਫੈਸਲਾ ਆ ਸਕਦਾ ਹੈ। ਭਾਰਤ ਵਿੱਚ ਕਈ ਸਾਲਾਂ ਬਾਅਦ ਅਜ਼ਮਲ ਕਸਾਬ ਅਤੇ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦਿੱਲੀ ਦੇ ਬਲਾਤਕਾਰ ਦੇ ਕਤਲ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਬਲਾਤਕਾਰ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਲਗਾਤਾਰ ਹੋ ਰਹੀ ਹੈ। ਇਨ੍ਹਾਂ ਹਾਲਾਤ ਵਿੱਚ ਫਾਂਸੀ ਦੀ ਸਜ਼ਾ ਬਾਰੇ ਇਹ ਬਹਿਸ ਅਹਿਮ ਹੋ ਜਾਂਦੀ ਹੈ ਕਿ ਇਹ ਸਜ਼ਾ ਮੌਜੂਦਾ ਸਭਿਅਤਾ ਉੱਤੇ ਕਿਹੋ ਜਿਹੀ ਟਿੱਪਣੀ ਬਣਦੀ ਹੈ। ਇਸ ਵੇਲੇ 140 ਮੁਲਕਾਂ ਵਿੱਚ ਫਾਂਸੀ ਦੀ ਸਜ਼ਾ ਖਤਮ ਕਰ ਦਿੱਤੀ ਗਈ ਹੈ ਜਾਂ ਇਸ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। 2012 ਵਿੱਚ 21 ਮੁਲਕਾਂ ਨੇ ਫਾਂਸੀ ਦੀ ਸਜ਼ਾ ਦਿੱਤੀ। ਫਾਂਸੀ ਦੀ ਸਜ਼ਾ ਖਿਲਾਫ ਦੋ ਅਹਿਮ ਦਲੀਲਾਂ ਨੇ। ਇੱਕ ਦਲੀਲ ਇਹ ਹੈ ਕਿ ਜੇ ਮਨੁੱਖ ਜਾਨ ਦੇ ਨਹੀਂ ਸਕਦਾ ਤਾਂ ਉਸ ਨੂੰ ਜਾਨ ਲੈਣ ਦਾ ਕੀ ਹੱਕ ਹੈ। ਦੂਜੀ ਦਲੀਲ ਇਹ ਹੈ ਜੇ ਗਲਤੀ ਨਾਲ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇ ਤਾਂ ਇਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ। ਅਗਲੀ ਦਲੀਲ ਇਹ ਹੈ ਕਿ ਫਾਂਸੀ ਦੀ ਸਜ਼ਾ ਰਾਜਤੰਤਰ ਦੇ ਹੱਥ ਵਿੱਚ ਮਾਰੂ ਹਥਿਆਰ ਦਿੰਦੀ ਹੈ ਜਿਸ ਦੀ ਵਰਤੋਂ ਵਿਰੋਧੀਆਂ ਖਿਲਾਫ ਕੀਤੀ ਜਾਂਦੀ ਹੈ। ਫਾਂਸੀ ਦੀ ਸਜ਼ਾ ਦੇ ਪੱਖ ਵਿੱਚ ਦਲੀਲ ਦਿੱਤੀ ਜਾਂਦੀ ਹੈ ਕਿ ਇਸ ਨਾਲ ਅਪਰਾਧੀਆਂ ਨੂੰ ਸਬਕ ਮਿਲਦਾ ਹੈ। ਅੰਕੜੇ ਦਰਸਾਉਂਦੇ ਨੇ ਕਿ ਫਾਂਸੀ ਦੀ ਸਜ਼ਾ ਨਾ ਦਿੱਤੇ ਜਾਣ ਕਾਰਨ ਅਪਰਾਧ ਵਿੱਚ ਵਾਧਾ ਨਹੀਂ ਹੁੰਦਾ। ਫਾਂਸੀ ਦੇ ਪੱਖ ਵਿੱਚ ਦਲੀਲ ਇਹ ਵੀ ਹੈ ਕਿ ਜੋ ਦੂਜਿਆਂ ਦੀ ਜਾਨ ਲੈਂਦੇ ਨੇ ਜਾਂ ਜ਼ਿੰਦਗੀ ਉੱਤੇ ਘਾਤਕ ਹਮਲੇ ਕਰਦੇ ਨੇ ਉਹਨਾਂ ਨੂੰ ਜਿਉਣ ਦਾ ਕੀ ਹੱਕ ਹੈ। ਇਸ ਥਾਂ ਸਜ਼ਾ ਦਾ ਅਹਿਮ ਪੱਖ ਸਾਹਮਣੇ ਆਉਂਦਾ ਹੈ ਕਿ ਜੇਲ੍ਹਾਂ ਅਤੇ ਅਦਾਲਤਾਂ ਦਾ ਕੰਮ ਅਪਰਾਧੀਆਂ ਨੂੰ ਸੁਧਾਰ ਦਾ ਮੌਕਾ ਦੇਣਾ ਵੀ ਹੈ। ਮੋੜਵੀਂ ਦਲੀਲ ਹੈ ਕਿ ਜਿਨ੍ਹਾਂ ਵਿੱਚ ਸੁਧਾਰ ਦੀ ਗੁੰਜਾਇਸ਼ ਨਹੀਂ ਅਤੇ ਉਹ ਸਮਾਜ ਲਈ ਘਾਤਕ ਨੇ ਤਾਂ ਉਹਨਾਂ ਦਾ ਕੀ ਕੀਤਾ ਜਾਏ। ਇਹ ਬਹਿਸ ਲਗਾਤਾਰ ਚੱਲ ਰਹੀ ਹੈ ਅਤੇ ਚੱਲਣੀ ਵੀ ਚਾਹੀਦੀ ਹੈ ਕਿਉਂਕਿ ਇਸ ਨਾਲ ਜ਼ਿੰਦਗੀ ਅਤੇ ਇਨਸਾਫ ਵਰਗੀਆਂ ਅਹਿਮ ਧਾਰਨਾਵਾਂ ਜੁੜੀਆਂ ਹੋਈਆਂ ਨੇ। ਮੌਤ ਦੀ ਸਜ਼ਾ ਬਾਬਤ ਫੈਸਲਾ ਤੈਸ਼ ਵਿੱਚ ਨਹੀਂ ਕੀਤਾ ਜਾ ਸਕਦਾ। ਇਨਸਾਫ ਯਕੀਨੀ ਬਣਾਉਣ ਅਤੇ ਬਦਲਾਖੋਰੀ ਵਿੱਚ ਬਹੁਤ ਫਰਕ ਹੈ ਕਿ ਮੌਤ ਦੀ ਸਜ਼ਾ ਦੂਜਿਆਂ ਲਈ ਸਬਕ ਬਣਦੀ ਹੈ ਜਾਂ ਨਹੀਂ, ਮੌਤ ਦੀ ਸਜ਼ਾ ਦੇਣ ਵਾਲੇ ਨਿਜ਼ਾਮ ਨੂੰ ਸਬਕ ਮੰਨਿਆ ਜਾ ਸਕਦਾ ਹੈ ਜਾਂ ਨਹੀਂ। ਇਹਨਾਂ ਸਵਾਲਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਸੁਰਿੰਦਰ ਗਾਂਧੀ ਜੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵਕਾਲਤ ਕਰਦੇ ਨੇ, ਰਾਜੀਵ ਗੁਦਾਰਾ ਜੋ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ। ਤੁਹਾਡਾ ਦੋਨਾਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਸੁਰਿੰਦਰ ਜੀ, ਤੁਸੀਂ ਇਸ ਮਾਮਲੇ ਦੇ ਉੱਤੇ ਕੀ ਕਹਿਣਾ ਚਾਹੋਗੇ ਕਿ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ? ਦੇਖੋ, ਮੇਰੀ ਆਪਣੀ ਪਰਸਨਲ ਰਾਏ, ਮੌਤ ਦੀ ਸਜ਼ਾ ਜ਼ਰੂਰੀ ਹੈ ਜੀ। ਇਹ ਸੁਪਰੀਮ ਕੋਰਟ ਨੇ ਬਾਰ ਬਾਰ ਕਿਹਾ ਹੈ ਕਿ ਇਹ ਰੇਅਰ ਟੂ ਰੇਅਰ ਕੇਸਿਸ 'ਚ ਹੁੰਦੀ ਹੈ ਜੀ, ਅਤੇ ਇਹਨੂੰ ਖਤਮ ਨਹੀਂ ਕਰਨਾ ਚਾਹੀਦਾ ਜੀ। ਮਾਛੀ ਸਿੰਘ ਦਾ ਪਹਿਲਾ ਕੇਸ ਸੁਪਰੀਮ ਕੋਰਟ ਨੇ ਗਾਈਡਲਾਈਨਸ ਇਸ਼ੂ ਕਰੀਆਂ ਸੀਗੀਆਂ ਜੀ ਕਿ ਕਿਹਨਾਂ ਹਾਲਾਤਾਂ 'ਚ ਮੌਤ ਦੀ ਸਜ਼ਾ ਦੇਣੀ ਜ਼ਰੂਰੀ ਹੈ ਜੀ। ਉਹ ਗਾਈਡਲਾਈਨਸ ਹੁਣ ਵੀ ਚੱਲੀਆਂ ਆ ਰਹੀਆਂ ਜੀ। ਹੁਣ ਆ ਤੁਹਾਡੇ ਸਾਹਮਣੇ ਕਸਾਬ ਦਾ ਹੀ ਕੇਸ ਹੈ ਜੀ, 60-70 ਬੰਦਿਆਂ ਨੂੰ ਮਾਰ ਕੇ ਕੀ ਉਹਨੂੰ ਅਸੀਂ ਛੱਡ ਸਕਦੇ ਹਾਂ ਇਸ ਤਰ੍ਹਾਂ ਜਿਸ ਤਰ੍ਹਾਂ ਲਾਈਫ ਦੇ ਦਈਏ ਜੀ। ਜਿਵੇਂ ਹੁਣ ਆ ਓਨਰ ਕਿਲਿੰਗ ਹੈ ਮਨੋਜ ਬਬਲੀ ਵਾਲਾ, ਮੌਤ ਦੀ ਸਜ਼ਾ ਦਿੱਤੀ ਹੋਈ ਹੈ, ਹਾਲੇ ਉਹ ਐਗਜ਼ੀਕਿਊਟ ਨਹੀਂ ਹੋਈ। ਨਹੀਂ ਜੀ, ਉਹ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਉਹ ਮੌਤ ਦੀ ਸਜ਼ਾ ਹੈ ਉਹ ਹਾਈਕੋਰਟ ਦੇ ਵਿੱਚੋਂ ਉਮਰ ਕੈਦ 'ਚ ਤਬਦੀਲ ਕੀਤੀ ਗਈ ਹੈ ਅਤੇ ਇੱਕ ਬੰਦੇ ਨੂੰ ਬਰੀ ਕਰ ਦਿੱਤਾ ਗਿਆ ਉਹਨਾਂ 'ਚੋਂ, ਮਨੋਜ ਬਬਲੀ ਵਾਲੇ ਮਾਮਲੇ 'ਚ। ਅਤੇ ਜਿਵੇਂ ਹੁਣ ਉੱਥੇ ਰੋਹਤਕ 'ਚ ਉਹਨਾਂ ਦਾ ਸਿਰਫ ਇੰਨਾ ਹੀ ਕਸੂਰ ਸੀ ਕਿ ਉਹਨੂੰ ਉਹਨਾਂ ਨੇ ਸ਼ਾਦੀ ਕਰ ਲਈ ਜੀ, ਸ਼ਾਦੀ ਕਰ ਲਈ ਅਤੇ ਉਹਦੇ ਲੜਕੀ ਦੇ ਪੇਰੈਂਟਸ ਨੇ ਉਹਨੂੰ ਉਹਦੇ ਮਾਰਿਆ, ਮਾਰ ਕੇ ਫਿਰ ਉਹਦੇ ਅੰਗ ਕੱਟ ਕੇ ਉਹ ਲੜਕੀ ਦੇ ਲੜਕੇ ਦੇ ਬੂਹੇ ਅੱਗੇ ਸਿੱਟਿਆ ਹੈ ਜੀ। ਅਤੇ ਇਹ ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮ ਜਿਹੜੇ ਹੈ, ਅਗਰ ਅਸੀਂ ਰੂਲ ਆਫ ਲਾਅ ਨੂੰ ਸਟਰੋਂਗ ਬਣਾਉਣਾ ਚਾਹੁੰਦੇ ਹਾਂ ਜੀ, ਅਤੇ ਮੌਤ ਦੀ ਸਜ਼ਾ ਤਾਂ ਇਸ ਕੰਟਰੀ ਜ਼ਰੂਰੀ ਹੈ। ਈਵਨ ਚਾਈਨਾ ਜਿੱਥੇ ਉੱਥੇ ਵੀ ਮੌਤ ਦੀ ਸਜ਼ਾ, ਔਰ ਉੱਥੇ ਤਾਂ 40 ਦਿਨ 'ਚ ਸਾਰਾ ਫੈਸਲਾ ਹੋ ਜਾਂਦਾ, ਸਾਡੇ ਤਾਂ ਇੱਥੇ ਫਿਰ ਕਈ ਸਾਲ, 10-10, 15-15 ਸਾਲ, 20-20 ਸਾਲ ਲਟਕਦੇ ਰਹਿੰਦੇ ਮੁਕੱਦਮੇ ਜੀ। ਤੁਹਾਨੂੰ ਕੀ ਲੱਗਦਾ ਕਿ ਵੀ ਸਾਨੂੰ ਵੀ ਉਸੇ ਤਰੀਕੇ ਨਾਲ ਜਲਦੀ ਤੋਂ ਜਲਦੀ ਕਰਨਾ ਚਾਹੀਦਾ? ਸਾਨੂੰ ਬਲਕਿ ਸਟਰੋਂਗ ਚਾਹੀਦਾ ਜੇ ਰੂਲ ਆਫ ਲਾਅ ਨੂੰ ਸਟਰੋਂਗ ਬਣਾਉਣਾ ਜੀ।
जे फांसी की सज़ा लगातार दिती जाती है जिवें तुसीं कह रहे हो रेयर ऑफ द रेयर मामलों के विच ते की जिहड़ा अपराध है वह कटेगा तुहानूं लगता अपराध जां इह नाल अपराध का इन्ना कोई फर्क नहीं पैंदा जी पर जिहड़ा सोसाइटी च लैसन देना किसी नूं भी स्टेट तो डरदा ही नहीं कोई हुण हुण पिछे एक चीफ मिनिस्टर पकड़ लई तमिलनाडु दी जी उत्थे उन्होंने जिहड़े उहदे फॉलोअर सीगे वो लड़कियां दी भरी हुई बस नूं अग लगा दित्ती जिंदियां जी उहदे किन्नियां ही लड़कियां जल गईयां ते की ऐसे अपराधी नूं असीं छड्ड दईए जिन्हें अग लगाई है जिंदी लड़कियां नूं फिर वह भी जिन्हां दा कोई कसूर नहीं है जी एजुटेशन करो पीसफुली करो जी इहदा की मतलब है कि तुसीं किसी दी लड़कियां नूं तुसीं अग लगा दो बस च बैठियां कोई उन्हां दा कसूर नहीं कोई कुछ नहीं सिर्फ चीफ मिनिस्टर नूं अरैसट किया सीगा ते उहदे मगरों हुण उहने सुप्रीम कोर्ट ने भी वह जिहड़े बंदिआं ने अग लगाई सी उहनां नूं फांसी की सज़ा बरकरार रखी है बल्कि मैं तां इस हद तों अगे जावांगा कि सुप्रीम कोर्ट हर केस आर्डर पास करदा है भी ये जजमेंट विद इन टू मंथ्स विद इन थ्री मंथ्स इंप्लीमेंटेशन होनी चाहिए है ये फांसी वाले केस सिर्फ अपील जी डिसमिस कर देता है जी पर कोई ऐसा आर्डर नहीं पास करता कि ये सज़ा नू कितनी देर च एग्जीक्यूट कर रहा है वो काम सारा एग्जैक्टिव का है जी एग्जैक्टिव ना भी कर देती है हुण रीसेंट एग्जाम्पल साडा इत्थे चंडीगढ़ का है जेल सुपरिंटेंडेंट पटियाला ने मना करता कि मैं एग्जीक्यूट ही नहीं करता फांसी के हुक्म नू जी वो कंटेंप्ट उन्हें मैडम शालिनी नागपाल अडिशनल जज चंडीगढ़ ने इशू की तो हाई कोर्ट चो मैटर पेंडिंग है जी तो ये असी तो इस तो अगह तक जाना चाहते हैं या तो पार्लियामेंट नू इहदे च लिखना चाहिए कानून बनाना चाहिए भी जदों सुप्रीम कोर्ट तो या प्रेजिडेंट ऑफ इंडिया तो उहदी मर्सी अपील डिसमिस हो गई तो इनू एग्जीक्यूट किन्ने दिन करना है जी उस समाबद्ध होना चाहिए राजीव जिहड़ा ये मसला है बहुत देर तो इस उत्ते चर्चा चल रही है कि फांसी की सज़ा होनी चाहिए या नहीं होनी चाहिए है एक पक्ष वो है जिदी नुमाइंदगी सुरेंद्र गांधी होनी करते हैं तुसी इस मसले पर की कहना चाहोगे सुरेंद्र गांधी जी जिहड़ी गल कर रहे थे दो चीज़ा महत्वपूर्ण मैनू लगियां मतलब जिन्हां ते गौर करन दी लोड़ है जी एक तो इन्होंने भी कहा कि अपराध घटेगा इहदा कोई सबूत नहीं है इहदे नाल कोई फर्क पैंदा वी इन्हां नूं भी नहीं लगता जी जे अपराध घटने का कोई सबूत नहीं मिलता अपराध घटेगा या नहीं लगता तो इन्हों फिर एक बार आपकी गल बारे सोचना चाहिए फिर फांसी का साडा पर दो पक्ष ने एक तो आप कहने जो आप कहने कि डेटरेंट का काम करती है कि भी दूजे बंद सबक मिलेगा वो सबक मिलता हो ना मिलता हो जो उन्होंने अपराध है जे वह घातक अपराध करते हैं जिमें उन्होंने दलील दी है कि एक बस के कुड़ियां जला दतियां ज खाप पंचायत वाले ने क्रू ढंग किसी बंद का इस करके कतल करता कि उन्हें अपनी मर्जी विआह किया दलजीत मैं एग्जैक्टली उही गल कह रहे थे कि एक तो जो बहुत बड़ा आर्गूमेंट यह है कि अपराध ये घटेगा इस करके उन्होंने सबक देना चाहिए इन्हों की यह गल सी इस करके उन्होंने आपके पूरे विचार बारे दोबारा सोचना चाहिए जे ये अपराध भी नहीं घटना तो फिर सबक की होया हुण जो आर्गूमेंट घट के दो एक गल उन्होंने होर कही कि स्टेट तो कोई डरदा नहीं जी ये बहुत महत्वपूर्ण गल है स्टेट जदों बार बार रेयर ऑफ रेयर केसिस की गल करता है सुप्रीम कोर्ट के विचों सज़ा दे दिंदा है विचों अचानक रेयर ऑफ रेयर केस में होर तरह ट्रीट कर लेंदा है नैना सानी के केस तंदूर कांड की गल कर ली है या बाथे केस की गल तुसी कीती उहदा जिक्र कर लिए इस जिहड़ी जिहड़ा आपदे तरीके नाल फैसला करना है ये किते ना किते स्टेट दा आपदी सत्ता नूं बनाए रखण दा जिहड़ा एक तरीका है जिहदे विच उह इस्तेमाल करदा है ते लगातार जारी रखदा है उहदे भी संकेत किते ने किते ने ते फिर अल्टीमेटली स्टेट इहनूं इस्तेमाल कदों कदों करदा है कल नूं जे स्टेट इह भी कर सकदा है कि अचानक वेखे इक स्टेट नूं किते चुनौती मिल रही उदों स्टेट की करेगा इस करके इहनूं जिंदा रखणा 140 देशां च होण तों बावजूद भी इंडिया च जारी रखणा इह वड्डे संकेत उह भी ने स्टेट तों लोक डरन इह अपने आप च बहुत गंभीर सवाल है कि स्टेट तो लोग क्यों डर जी गल इन्होंने दो उदाहरण दिते तमिलनाडु होया दूजी थां होया किवें हो सकता है कि किसी की जान लेना एड्डा वड्डा अपराध है जिन्हों तुसी कहने हो फांसी तक दी जा सकती है तो फिर कोई कानून किवें बनाया जा सकता है किसी भी सभ्य समाज के जिहड़ा कानून बना के तुसी कहोगे फांसी दी जा सकती है जान ली जा सकती है जे किसी का जीवन लेना अपने आप एड्डा वड्डा अपराध है जिन्होंने इन्होंने कहा भी सब उस तो वड्डा अपराध तो कोई हो नहीं सकता जे इन्होंने क्रूरता की मतलब बार बार इन्होंने जिक्र किया फिर कोई कानून किवें हो सकता है जिहड़ा किसी की जान लेंदा होवे जीवन लेंदा होवे ते फांसी जिहड़ा अदालतां देंदियां ने एग्जीक्यूट करदियां ने उहदे विच कानून बना के तुसीं उसी तरह की गल कर रहे हो
ਇਹ ਕਹਿਣਾ ਕਿ ਰੇਅਰ ਕੇਸ ਦੇ ਵਿੱਚ ਜਿਹੜੇ ਬੰਦੇ ਨੇ ਅਪਰਾਧ ਕੀਤਾ ਉਹ ਤੋਂ ਬਦਲਾ ਲੈਣ ਦੀ ਗੱਲ ਹੈ, ਜਿੰਨਾ ਉਹਨੇ ਕੀਤਾ ਅਪਰਾਧ ਉਸੇ ਤਰ੍ਹਾਂ ਦੀ ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਇਹਦਾ ਕੋਈ ਪੈਮਾਨਾ ਹੋ ਨਹੀਂ ਸਕਦਾ। ਇੱਕ ਗੱਲ ਦੂਜੀ, ਸਜ਼ਾ ਜਿਹੜੀ ਹੈ ਕਦੇ ਵੀ ਇਸ ਤਰ੍ਹਾਂ ਨਹੀਂ ਹੋ ਸਕਦੀ, ਕਾਨੂੰਨ ਬਣਾ ਕੇ ਸਮਾਜ ਨੂੰ ਇਸ ਤਰ੍ਹਾਂ ਸੰਚਾਲਿਤ ਨਹੀਂ ਕੀਤਾ ਜਾ ਸਕਦਾ ਕਿ ਬੰਦੇ ਨੇ ਗੁਨਾਹ ਕੀਤਾ ਉਹ ਗੁਨਾਹ ਸੀ ਉਸੇ ਤਰ੍ਹਾਂ ਦੀ ਉਹਨੂੰ ਸਜ਼ਾ ਵੀ ਦਿੱਤੀ ਜਾਵੇ, ਫਿਰ ਸਟੇਟ ਦੇ ਹੁਣ ਦਾ ਕੋਈ ਮਤਲਬ ਨਹੀਂ। ਫਿਰ ਕਿਤੇ ਵੀ ਦੋ ਅਸਭੇ ਸਮਾਜ ਦੇ ਵਿੱਚ ਰਹਿਣ ਵਾਲੇ ਜਾਂ ਕਿਸੇ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਰਹਿਣ ਵਾਲੇ ਜਿੱਥੇ ਆਪਦੀ ਤਾਕਤ ਦਾ ਸਿੱਧਾ ਇਜ਼ਹਾਰ ਕਰਦੇ ਨੇ, ਇੱਕ ਨੇ ਇੱਕ ਦੀ ਲੱਤ ਕੱਟੀ ਅਤੇ ਦੂਜੇ ਦੋਵੇਂ ਕੱਟ ਦੇਗਾ, ਉਸ ਤਰ੍ਹਾਂ ਦਾ ਸਮਾਜ ਸਟੇਟ ਨਹੀਂ ਬਣ ਸਕਦਾ। ਸਟੇਟ ਉਹ ਜਿਹੇ ਸਮਾਜ ਦਾ ਹਿੱਸਾ ਨਹੀਂ ਬਣ ਸਕਦਾ, ਉਹ ਜਿਹੇ ਸਮਾਜ ਬਣਾਉਣ ਦੇ ਵਿੱਚ ਸਟੇਟ ਆਪਦਾ ਰੋਲ ਪਲੇ ਨਹੀਂ ਕਰ ਸਕਦਾ। ਇਸ ਕਰਕੇ ਫਾਂਸੀ ਵਰਗੀ ਸਜ਼ਾ ਕਿਸੇ ਵੀ ਤਰ੍ਹਾਂ ਦਾ ਅਪਰਾਧ ਹੋਵੇ ਉਹਦੇ ਵਿੱਚ ਫਾਂਸੀ ਦੀ ਗੱਲ ਮੈਨੂੰ ਘੱਟੋ ਘੱਟ ਨਹੀਂ ਲੱਗਦੀ ਹੋਣੀ ਚਾਹੀਦੀ। ਸੁਰਿੰਦਰ ਗਾਂਧੀ ਜੀ ਜਿਹੜੀ ਰਾਜੀਵ ਹੋਣਾ ਦੀ ਦਲੀਲ ਹੈ ਉਹਦੇ ਦੋ ਹਵਾਲਿਆਂ ਨਾਲ ਮੈਂ ਉਹਦਾ ਸਵਾਲ ਪੁੱਛਣਾ ਚਾਹਾਂਗਾ। ਇੱਕ ਤਾਂ ਗੱਲ ਇਹ ਹੈ ਕਿ ਅਫਜ਼ਲ ਗੁਰੂ ਨੂੰ ਜਦੋਂ ਫਾਂਸੀ ਦਿੱਤੀ ਜਾਂਦੀ ਹੈ ਇਹ ਕਿਹਾ ਜਾਂਦਾ ਕਿ ਹਾਲਾਂਕਿ ਸਬੂਤ ਉਹਦੇ ਖਿਲਾਫ ਠੋਸ ਨਹੀਂ ਹੈ ਪਰ ਫਿਰ ਵੀ ਜਿਹੜੇ ਸਮੂਹਿਕ ਚੇਤਨਾ ਨੂੰ ਸੰਤੁਸ਼ਟ ਕਰਨ ਲਈ ਉਹਨੂੰ ਫਾਂਸੀ ਦਿੱਤੀ ਜਾਣੀ ਜ਼ਰੂਰੀ ਹੈ ਟੂ ਸੈਟਿਸਫਾਈ ਦਾ ਕਲੈਕਟਿਵ ਕੌਨਸ਼ੀਅੰਸ ਆਫ ਨੇਸ਼ਨ, ਇਹ ਲਿਖਿਆ ਜਾਂਦਾ। ਹੁਣੇ ਜਿਹੜਾ ਕੱਲ੍ਹ ਇੱਕ ਫੈਸਲਾ ਆਇਆ ਬਾਥੇ ਦੇ ਮਾਮਲੇ ਦੇ ਵਿੱਚ ਜਿੱਥੇ ਬਹੁਤ ਸਾਰੇ ਬੰਦਿਆਂ ਦਾ ਕਤਲੇਆਮ ਹੋਇਆ ਸੀ, ਉੱਥੇ ਜਾ ਕੇ ਅਦਾਲਤ ਇਹ ਲਿਖਦੀ ਹੈ ਕਿ ਸਬੂਤਾਂ ਦੀ ਘਾਟ ਕਾਰਨ ਇਹਨਾਂ ਨੂੰ ਬਰੀ ਕੀਤਾ ਜਾਂਦਾ ਜਿਨ੍ਹਾਂ ਨੂੰ ਸੈਸ਼ਨ ਕੋਰਟ ਨੇ ਉਮਰ ਕੈਦ ਤੋਂ ਲੈ ਕੇ ਫਾਂਸੀ ਤੱਕ ਦੀ ਸਜ਼ਾ ਦਿੱਤੀ ਗਈ ਸੀ। ਇਸ ਕਿਸਮ ਦੀ ਗੱਲ ਇੱਕ ਤੱਥ ਦੋਨਾਂ ਦੇ ਵਿੱਚ ਸਾਂਝਾ ਕਿ ਉਹਨਾਂ ਦੇ ਵਿੱਚ ਸਬੂਤ ਦੀ ਘਾਟ ਦੋਨੇ ਪਾਸੇ ਹੈ, ਇਹਨੂੰ ਕਿਵੇਂ ਦੇਖੋਗੇ ਤੁਸੀਂ? ਦੇਖੋ ਹਲੇ ਉਹ ਫੈਸਲਾ ਫਾਈਨਲ ਤਾਂ ਹੋ ਨਹੀਂ ਗਿਆ, ਉਹ ਫੈਸਲਾ ਹਲੇ ਸੁਪਰੀਮ ਕੋਰਟ ਨੇ ਟੈਸਟ ਕਰਨਾ ਹੈ ਜੀ, ਜੇ ਸਰਕਾਰ ਜਾਏਗੀ ਜੀ। ਰੀਸੈਂਟਲੀ ਪਿੱਛੇ ਹਿਸਾਰ 'ਚ ਇੱਕ ਲੜਕੀ ਨੇ ਅਤੇ ਉਹਦੇ ਹਸਬੈਂਡ ਨੇ ਆਪਣੀ ਫੈਮਿਲੀ ਦੇ 7-8 ਬੰਦੇ ਮਾਰ ਦਿੱਤੇ ਸੀਗੇ ਜੀ, ਸੋਨੀਆ ਜੀ, ਅਤੇ ਸਾਡੇ ਹਾਈਕੋਰਟ ਨੀਚੋਂ ਫਾਂਸੀ ਦਾ ਫੈਸਲਾ ਹੋਇਆ ਸੀਗਾ ਜੀ, ਅਤੇ ਹਾਈਕੋਰਟ ਨੇ ਉਹਦਾ ਲਾਈਫ ਇੰਪ੍ਰਿਜ਼ਨਮੈਂਟ ਕਰਤੀ ਜੀ, ਅਤੇ ਸਰਕਾਰ ਉਹਦੇ 'ਚ ਅਪੀਲ 'ਚ ਗਈ ਸੀ ਵੀ ਇਹ ਗਲਤ ਹੋਇਆ ਜੀ, ਤਾਂ ਉਹ ਸੁਪਰੀਮ ਕੋਰਟ ਨੇ ਉਹ ਲੇਡੀ ਨੂੰ ਫਾਂਸੀ ਕਨਵਰਟ ਕਰਤੀ, ਉਹ ਐਗਜ਼ੀਕਿਊਟ ਨਹੀਂ ਹੋਈ, ਪੈਂਡਿੰਗ ਹੀ ਚੱਲਿਆ ਆ ਰਿਹਾ ਮੈਟਰ, ਹਾਲੇ ਤੱਕ ਐਗਜ਼ੀਕਿਊਟ ਨਹੀਂ ਹੋਇਆ। ਔਰ ਵੈਸੇ ਵੀ ਲੇਡੀ ਨੂੰ ਸਾਡੇ ਕੰਟਰੀ 'ਚ ਕਦੇ ਕਿਸੇ ਨੂੰ ਫਾਂਸੀ ਹੋਈ ਨਹੀਂ ਜੋ ਤੱਕ ਮੇਰੀ ਆਪਣਾ ਹੈ। ਮੇਰਾ ਜਿਹੜਾ ਸਵਾਲ ਇਹ ਹੈ ਕਿ ਸਰਕਾਰ ਜਿੱਥੇ ਸਰਕਾਰ ਦੀ ਆਪਣੀ ਦਿਲਚਸਪੀ ਹੈ ਕਿ ਉਹ ਮੁਲਕ ਦੇ ਨਾਲ ਜੋੜ ਕੇ ਦੇਸ਼ ਧਰੋਹ ਦੇ ਨਾਲ ਜੋੜ ਕੇ ਗੱਲ ਕਰਨੀ ਚਾਹੇ, ਅਫਜ਼ਲ ਗੁਰੂ ਨੂੰ ਫਾਂਸੀ ਦਿੰਦੀ ਹੈ ਸਬੂਤ ਦੀ ਘਾਟ ਦੇ ਬਾਵਜੂਦ, ਦੂਜੇ ਪਾਸੇ ਇੱਕ ਮਾਮਲੇ ਦੇ ਵਿੱਚ ਨੈਣਾ ਸਾਨੀ ਮਾਮਲੇ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਹੜੇ ਬੰਦੇ ਨੇ ਇੰਨੀ ਕਰੂਰਤਾ ਨਾਲ ਕਤਲ ਕੀਤਾ ਜਾਂ ਉਸ ਕਤਲ ਦੇ ਵਿੱਚ ਸ਼ਾਮਿਲ ਹੈ ਉਹ ਉਸ ਬੀਬੀ ਨੂੰ ਬਹੁਤ ਪਿਆਰ ਕਰਦਾ ਸੀ, ਇਹ ਕਿਸ ਕਿਸਮ ਦਾ ਪਿਆਰ ਹੋਇਆ ਜਿਸ ਦੇ ਆਧਾਰ ਦੇ ਉੱਤੇ ਤੁਹਾਡੀ ਜਿਹੜੀ ਮੌਤ ਦੀ ਸਜ਼ਾ ਘਟਾ ਕੇ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾ ਸਕਦੀ ਹੈ ਕਤਲ ਕਰਨ ਦੇ ਬਾਵਜੂਦ? ਇਹ ਜਿਹੜਾ ਸੁਪਰੀਮ ਕੋਰਟ ਦੇ ਨੇ ਜਿਹੜਾ ਫੈਸਲਾ ਕੱਲ੍ਹ ਪੇਪਰ 'ਚ ਆਇਆ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਬਿਲਕੁਲ, ਕਿਉਂਕਿ ਉਸਨੇ ਇੱਕ ਰੀਜ਼ਨਿੰਗ ਦਿੱਤੀ ਹੈ ਕਿ ਆਪਣੀ ਵਾਈਫ ਨੂੰ ਜਿਹੜਾ ਉਸਨੇ ਮਰਡਰ ਕੀਤਾ ਜਿਸ ਕਰੂਰਤਾ ਨਾਲ ਜੀ, ਉਹ ਅਫੈਂਸ ਅਗੇਂਸਟ ਦਾ ਸੋਸਾਇਟੀ ਨਹੀਂ ਹੈ ਜੀ, ਜੋ ਪੜ੍ਹਿਆ ਅਖਬਾਰ ਜੱਜਮੈਂਟ ਮੈਂ ਨਹੀਂ ਪੜ੍ਹੀ, ਪਰ ਇਹ ਬਿਲਕੁਲ ਟੋਟਲੀ ਮੈਂ ਉਸ ਦੀ ਸੁਪਰੀਮ ਕੋਰਟ ਦੇ ਜੱਜ ਨੇ ਜਿਸ ਨੇ ਵਰਡ ਯੂਜ਼ ਕੀਤੇ ਹੈ ਜੀ, ਮੈਂ ਨਹੀਂ ਉਹਦੇ ਨਾਲ ਸਹਿਮਤ ਕਿਉਂਕਿ ਉਸਨੇ ਲਿਖਿਆ ਇਸ ਮਤਲਬ ਕਿ ਆਪਣੀ ਵਾਈਫ ਨੂੰ ਮਾਰਨਾ ਅਫੈਂਸ ਅਗੇਂਸਟ ਦਾ ਸੋਸਾਇਟੀ ਨਹੀਂ ਹੈ ਜੀ, ਇਹ ਜਿਹੜੀ ਗੱਲ ਹੈ ਇਹ ਕਿਸੇ ਵੀ ਦਰਅਸਲ ਅੱਜ ਤੱਕ ਇਹ ਸੁਰਿੰਦਰ ਜੀ ਅਸਲ 'ਚ ਦਲੀਲ ਇੱਥੋਂ ਹੀ ਬਣਦੀ ਹੈ ਕਿ ਜਦੋਂ ਇਸ ਕਿਸਮ ਦਾ ਫੈਸਲਾ ਆਉਂਦਾ ਹੈ, ਇੱਕ ਤਾਂ ਇਹਦੇ ਵਿੱਚ ਡਿਸਕ੍ਰੀਸ਼ਨ ਵਾਲਾ ਮਸਲਾ ਹੈਗਾ, ਦੂਜੀ ਗੱਲ ਇਹ ਹੈ ਕਿ ਜੇ ਇਸ ਪਾਸੇ ਨੂੰ ਗਲਤੀ ਹੋ ਸਕਦੀ ਹੈ ਕਿ ਕਿਸੇ ਨੂੰ ਜ਼ਿਆਦਾ ਸਜ਼ਾ ਬਣਦੀ ਹੈ ਘੱਟ ਦਿੱਤੀ ਜਾ ਸਕਦੀ ਹੈ, ਤਾਂ ਕਿਸੇ ਨੂੰ ਘੱਟ ਬਣਦੀ ਹੋਵੇ ਉੱਥੇ ਵੀ ਜ਼ਿਆਦਾ ਦਿੱਤੀ ਜਾ ਸਕਦੀ ਹੈ ਜਿਹੜਾ ਕਈ ਮਾਮਲਿਆਂ ਦੇ ਵਿੱਚ ਹੋਇਆ। ਰਾਜੀਵ, ਜਿੰਨੀ ਦੇਰ ਉਹ ਪਾਣੀ ਪੀਂਦੇ ਨੇ ਤੁਸੀਂ ਆਪਣੀ ਗੱਲ ਕਰੋ। ਮੈਨੂੰ ਫਿਰ ਲੱਗਦਾ ਜਿਹੜਾ ਤੁਹਾਡਾ ਸਵਾਲ ਸੀ ਕਿ ਸੁਪਰੀਮ ਕੋਰਟ ਅਚਾਨਕ ਕਹਿੰਦੀ ਹੈ ਕਿ ਲੋਕਾਂ ਦੀ ਜਿਹੜੀ ਭਾਵਨਾਵਾਂ ਨੇ ਉਹਨੂੰ ਸੈਟਿਸਫਾਈ ਕਰਨ ਵਾਸਤੇ ਫਾਂਸੀ ਦੇਣਾ ਜ਼ਰੂਰੀ ਹੈ ਜੀ, ਦੂਜੇ ਕੇਸ 'ਚ ਨਹੀਂ ਕਹਿੰਦੀ ਜੀ, ਇਹਨਾਂ ਨੇ ਕਿਹਾ ਮੈਂ ਉਹ ਸੁਪਰੀਮ ਕੋਰਟ ਦੇ ਫੈਸਲੇ ਨਾਲ ਸਹਿਮਤ ਨਹੀਂ ਅਤੇ ਹਾਈਕੋਰਟ ਦੇ ਫੈਸਲੇ ਨੂੰ ਬਾਥੇ ਕੇਸ 'ਚ ਸੁਪਰੀਮ ਕੋਰਟ ਪਲਟ ਸਕਦੀ ਹੈ, ਪਰ ਅਲਟੀਮੇਟਲੀ ਗਾਂਧੀ ਜੀ ਦੇ ਜਿਹੜਾ ਪੂਰਾ ਆਰਗੂਮੈਂਟ ਜਾਂਦਾ ਉਹ ਇਸੇ ਵੱਲ ਜਾਂਦਾ ਹੈ ਕਿ ਇਹ ਫੈਸਲਾ ਸੁਪਰੀਮ ਕੋਰਟ ਕਰ ਸਕਦੀ ਹੈ ਕਿ ਲੋਕਾਂ ਦੀ ਇਮੋਸ਼ਨ ਜਿਹੜੀ ਹੈ, ਲੋਕਾਂ ਦੀ ਜਿਹੜੀ ਫੀਲਿੰਗ ਹੈ ਉਹਨੂੰ ਸੈਟਿਸਫਾਈ ਕੀਤਾ ਜਾਵੇ। ਮੇਰੀ ਦਿੱਕਤ ਇਸੇ ਗੱਲ ਤੋਂ ਹੈ, ਸੁਪਰੀਮ ਕੋਰਟ ਕੋਲ ਕੋਈ ਇਹੋ ਜਿਹਾ ਮਾਧਿਅਮ ਨਹੀਂ ਜਿਹਦੇ ਨਾਲ ਉਹ ਅਸੈਸ ਕਰ ਸਕੇ ਕਿ ਲੋਕਾਂ ਦੀ ਇਮੋਸ਼ਨਸ ਕੀ ਹੈ, ਲੋਕ ਸੋਚਦੇ ਮਤਲਬ ਉਹ ਕੋਈ ਮੀਟਰ ਜਾਂ ਗੱਜ ਸਾਡੇ ਕੋਲ ਨਹੀਂ ਹੈਗਾ ਜਿਹਦੇ ਨਾਲ ਇਹਦਾ ਤੁਸੀਂ ਸੁਪਰੀਮ ਕੋਰਟ ਵੀ ਕੋਈ ਹੈ ਨਹੀਂ, ਪਰ ਇਹ ਸਾਰਾ ਜਿਹੜਾ ਸੁਪਰੀਮ ਕੋਰਟ ਜਦੋਂ ਵੀ ਲਾਉਂਦਾ ਹੈ, ਕੋਈ ਵੀ ਬੰਦਾ ਪੂਰਾ ਦੇਸ਼ ਹੀ ਇਹ ਕਹਿ ਰਿਹਾ ਇਹ ਜਿਹੀ ਸ਼ਬਦ ਇਸਤੇਮਾਲ ਕਰਦਾ, ਉਹਦੇ ਬਹੁਤ ਸਬਜੈਕਟਿਵਿਟੀ ਉਹਦੇ ਵਿੱਚ ਹੁੰਦਾ ਕਿ ਉਹ ਸਮਾਜ ਦੇ ਕਿਹੜੇ ਹਿੱਸੇ ਨੂੰ ਵੇਖ ਰਿਹਾ,
ਕਿਹੜੇ ਹਿੱਸੇ ਦੀ ਨੁਮਾਇੰਦਗੀ ਉਹਨੂੰ ਵੇਖ ਰਿਹਾ, ਕਿਹੜੇ ਹਿੱਸੇ ਦੀ ਆਵਾਜ਼ ਇਸ ਦੇਸ਼ ਦੇ ਵਿੱਚ ਕਈ ਉੱਠਦੀ ਹੈ ਅਤੇ ਉਹਨੂੰ ਸੁਣਿਆ ਜਾਂਦਾ, ਇੱਕ ਬਹੁਤ ਵੱਡਾ ਹਿੱਸਾ ਜਿਹਦੀ ਆਵਾਜ਼ ਨੂੰ ਸੁਣਿਆ ਹੀ ਨਹੀਂ ਜਾਂਦਾ। ਜਦੋਂ ਫਿਰ ਗਾਂਧੀ ਜੀ ਨੂੰ ਵੀ ਤੁਸੀਂ ਲਗਾਤਾਰ ਵੇਖੋਗੇ, ਇਹਨਾਂ ਨੂੰ ਇਹਨਾਂ ਸਾਰੇ ਇਸ਼ੂਜ਼ ਦਾ ਪਤਾ ਹੋਏਗਾ, ਪਰ ਇਹਨਾਂ ਨੂੰ ਨਹੀਂ ਪਤਾ ਹੋਏਗਾ ਕਿ ਛੱਤੀਸਗੜ੍ਹ ਦੇ ਵਿੱਚ ਕੀ ਹੋ ਰਿਹਾ, ਇਹਨਾਂ ਨੂੰ ਨਹੀਂ ਪਤਾ ਹੋਏਗਾ ਕਿ ਸੋਨੀ ਸੋਰੀ ਨਾਲ ਉੱਥੋਂ ਦਾ ਐਸਪੀ ਜੀ ਨੂੰ ਬਾਅਦ 'ਚ ਰਾਸ਼ਟਰਪਤੀ ਅਵਾਰਡ ਦਿੰਦਾ, ਉਹ ਕਿਸ ਤਰ੍ਹਾਂ ਦਾ ਅਪਰਾਧ ਕਰਦਾ, ਉਹਨੂੰ ਇੱਕ ਛੋਟੀ ਸੀ ਸਜ਼ਾ ਦੀ ਗੱਲ ਵੀ ਗਾਂਧੀ ਜੀ ਨਹੀਂ ਕਰਨਗੇ, ਕਿਉਂਕਿ ਇਹ ਸਾਡੀ ਚੇਤਨਾ ਦਾ ਹਿੱਸਾ ਨਹੀਂ ਬਣਦਾ। ਅਤੇ ਸੁਪਰੀਮ ਕੋਰਟ ਵੀ ਕਦੇ ਨਹੀਂ ਕਹਿੰਦਾ ਕਿ ਲੋਕਾਂ ਦੀ ਚੇਤਨਾ ਦਾ ਹਿੱਸਾ ਉਹ ਵੀ ਹੈ, ਇਸ ਕਰਕੇ ਜਿਹੜਾ ਚੇਤਨਾ ਕਿਹੜੇ ਸਮਾਜ ਦਾ ਹਿੱਸਾ ਹੈ, ਕੌਣ ਦੇਸ਼ ਹੈ ਜਿਹਨੂੰ ਤੁਸੀਂ ਦੇਸ਼ ਗਿਣ ਰਹੇ ਹੋ, ਤੁਹਾਡੇ ਕ੍ਰਾਈਟੇਰੀਆ ਕੀ ਨੇ ਉਹ ਗਿਣਦੇ, ਇਹ ਬੇਸਿਕ ਸਵਾਲ ਹੈ। ਅਤੇ ਜਦੋਂ ਤੁਸੀਂ ਇਸ ਤਰ੍ਹਾਂ ਫੈਸਲੇ ਕਰਦੇ ਹੋ ਕਿ ਕਿਸ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਗਵਾਹੀ ਹੈਗੀ, ਫਿਰ ਵੀ ਸਜ਼ਾ ਇਹਨੇ ਫਲਾਣੇ ਨੂੰ ਪਿਆਰ ਕਰਦਾ ਸੀ ਇਸ ਕਰਕੇ ਸਜ਼ਾ ਫਾਂਸੀ ਦੀ ਲੋੜ ਨਹੀਂ, ਦੂਜੀ ਗੱਲ ਕਹਿੰਦੇ ਹੋ, ਲੋਕਾਂ ਦੀ ਚੇਤਨਾ ਦੀ ਗੱਲ ਕਹਿੰਦੇ ਹੋ, ਜਿਹੜਾ ਆਪਣੇ ਆਪ 'ਚ ਬਹੁਤ ਵਿਚਿੱਤਰ ਕਿਸਮ ਦਾ ਸਵਾਲ ਹੈ ਕਿ ਤੁਸੀਂ ਵੇਖੋਗੇ ਕਿਵੇਂ ਉਸ ਹਾਲਤ 'ਚ ਇਹ ਫੈਸਲੇ ਦੇਣਾ ਆਪਣੇ ਆਪ ਨੇ 'ਚ ਹੀ ਗੈਰਵਾਜਿਬ ਹੋ ਜਾਂਦਾ ਹੈ ਕਿ ਜਦੋਂ ਤੁਸੀਂ ਸੁਪਰੀਮ ਕੋਰਟ ਦੇ ਕਿਸੇ ਕੋਰਟ ਦੇ ਫੈਸਲੇ ਨੂੰ ਦੀ ਸੱਤਿਅਤਾ ਨੂੰ ਅੰਤਿਮ ਤੌਰ 'ਤੇ ਤੈਅ ਨਹੀਂ ਕਰ ਸਕਦੇ। ਪਰ ਮੈਂ ਤਾਂ ਹੋਰ ਕਹਿਣਾ, ਜੇ ਤੁਸੀਂ ਤੈਅ ਕਰ ਵੀ ਲਓ, ਤੁਸੀਂ ਕੋਈ ਇੰਨਾ ਸਾਇੰਟੀਫਿਕ ਤਰੀਕਾ ਅਡੋਪਟ ਕਰ ਵੀ ਲਓ, ਫਿਰ ਵੀ ਕਿਸੇ ਦਾ ਜੀਵਨ ਲੈਣ ਦਾ ਕਾਨੂੰਨ ਨਹੀਂ ਹੋ ਸਕਦਾ। ਉਹ ਜੇ ਕਾਨੂੰਨ ਬਣਾਓਗੇ ਤਾਂ ਉਹਦੇ ਨਾਲ ਡਰਨ ਦਾ ਬਦਲੇ ਲੈਣ ਦਾ ਸਮਾਜ ਤਾਂ ਬਣ ਸਕਦਾ, ਪਰ ਇੱਕ ਨਿਆਂ ਦੇ ਆਧਾਰ 'ਤੇ ਖੜਾ ਸਮਾਜ ਬਣਾਉਣ ਦੀ ਪ੍ਰਕਿਰਿਆ ਨੂੰ ਖਤਮ ਕਰਨ ਦਾ ਰਸਤਾ ਉਹ ਬਣਦਾ, ਅਤੇ ਸਮਾਜ ਨੂੰ ਇੱਕ ਨਿਆਂ ਦੇ ਪੱਖ ਦੇ ਵਿੱਚ ਖੜਾ ਸਮਾਜ ਬਣਨਾ ਚਾਹੀਦਾ, ਜਿਹਦੇ ਵਿੱਚ ਪੂਰੇ ਦੇ ਪੂਰੇ ਸਮਾਜ ਦੇ ਢਾਂਚਾ ਇਸ ਤਰ੍ਹਾਂ ਬਣੇ ਜਿੱਥੇ ਇਸ ਤਰ੍ਹਾਂ ਦੀ ਸਜ਼ਾ ਦੀ ਲੋੜ ਨਾ ਹੋਵੇ, ਪਰ ਫਿਰ ਵੀ ਅਪਰਾਧ ਘੱਟ ਸਕਣ, ਅਪਰਾਧ ਨਾ ਹੁੰਦੇ ਹੋਣ। ਜੀ ਸੁਰਿੰਦਰ ਜੀ, ਇੱਕ ਤਾਂ ਤੁਸੀਂ ਜਿਹੜੀ ਗੱਲ ਕਹਿ ਰਹੇ ਸੀ ਉਹ ਆਪਣੀ ਮੁਕੰਮਲ ਕਰ ਦਿਓ, ਉਹਦੇ 'ਚ ਸਿਰਫ ਮੈਂ ਇੱਕ ਸਵਾਲ ਨਾਲ ਜੋੜਨਾ ਕਿ ਜਦੋਂ ਆਪਾਂ ਸਜ਼ਾ ਦਿੰਦੇ ਹਾਂ ਜਾਂ ਅਦਾਲਤਾਂ ਬਣਾਈਆਂ ਗਈਆਂ ਨੇ, ਜੇਲ੍ਹਾਂ ਬਣਾਈਆਂ ਗਈਆਂ ਨੇ, ਉਹਦੇ ਵਿੱਚ ਇੱਕ ਧਾਰਨਾ ਇਹ ਵੀ ਰੱਖੀ ਗਈ ਹੈ ਕਿ ਜੋ ਅਪਰਾਧੀ ਹੈ ਉਹਨੂੰ ਸੁਧਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਜਾਂ ਜਿਹੜੀ ਸੁਧਾਰ ਦੀ ਗੁੰਜਾਇਸ਼ਾਂ ਨੂੰ ਫਰੋਲਿਆ ਜਾਣਾ ਚਾਹੀਦਾ। ਜਦੋਂ ਫਾਂਸੀ ਵਰਗੀ ਸਜ਼ਾ ਦਿੱਤੀ ਜਾਂਦੀ ਹੈ, ਕਿਸੇ ਕਿਸਮ ਦੇ ਸੁਧਾਰ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ, ਜੇ ਗਲਤ ਦਿੱਤੀ ਗਈ ਤਾਂ ਉਹਦੇ ਵਾਪਸ ਨਹੀਂ ਲਈ ਜਾ ਸਕਦੀ। ਦੇਖੋ, ਕੋਈ ਵੀ ਜੱਜਮੈਂਟ ਸੁਪਰੀਮ ਕੋਰਟ ਦੀ ਪੜ੍ਹ ਲਓ ਜਿਹਦੇ 'ਚ ਵੀ ਫਾਂਸੀ ਦਿੱਤੀ ਹੋਈ ਹੈ ਜੀ, ਇਹ ਹਮੇਸ਼ਾ ਪੈਰਾ ਸਪੈਸ਼ਲ ਪੈਰਾ ਲਿਖਿਆ ਜਾਂਦਾ ਉਸ ਜੱਜਮੈਂਟ 'ਚ ਜੀ ਵੀ ਇਹਦੇ ਸੁਧਾਰ ਦੀ ਕੋਈ ਲੋੜ ਨਹੀਂ ਹੈ। ਹੁਣ ਸੁਰਿੰਦਰ ਕੋਹਲੀ ਸੀਗਾ ਗਾਜ਼ੀਆਬਾਦ ਦਾ ਜੀ, ਜਿਸ ਨੇ ਕੋਈ 18 ਪਤਾ ਨਹੀਂ 20 ਬੱਚੇ ਦਾ ਮਰਡਰ ਕੀਤਾ ਸੀਗਾ ਜੀ, ਅਤੇ ਲੋਕ ਵੀ ਉਦੋਂ ਇੰਨੇ ਭੜਕੇ ਹੋਏ ਸੀਗੇ ਜਦੋਂ ਪੁਲਿਸ ਦੀ ਕਸਟਡੀ 'ਚ ਵੀ ਸੀ, ਮੇਰੇ ਖਿਆਲ ਉਸਨੂੰ ਇੰਨੀ ਮਾਰਿਆ ਲੋਕਾਂ ਨੇ ਜੀ, ਈਵਨ ਉਹ ਪੁਲਿਸ ਦੀ ਕਸਟਡੀ 'ਚ ਵੀ ਸੀਗਾ ਵੀ ਇੰਨਾ ਲੋਕਾਂ ਦਾ ਰੋਸ ਸੀਗਾ ਵੀ ਉਸਨੇ 18 ਬੱਚਿਆਂ ਦਾ ਮਰਡਰ ਕੀਤਾ, ਰੇਪ ਕੀਤਾ। ਜੇ ਐਸੇ ਲੋਕਾਂ ਨੂੰ ਅਸੀਂ ਸਮਾਜ ਛੱਡ ਦਿੱਤਾ ਜਾਵੇ ਜੀ ਤਾਂ ਮੇਰਾ ਇਹ ਆਪਣਾ ਵਿਚਾਰ। ਦੂਜੇ ਪਾਸੇ ਇਹ ਗੱਲ ਹੈ ਕਿ ਵੀ ਬਹੁਤ ਸਾਰੇ ਬੰਦਿਆਂ ਬਾਰੇ ਇਹ ਵੀ ਸਵਾਲ ਹੁੰਦਾ, ਜਿਵੇਂ ਖਾਸ ਤੌਰ ਦੇ ਉੱਤੇ ਕੇਹਰ ਸਿੰਘ ਦੇ ਮਾਮਲੇ ਦੇ ਵਿੱਚ ਇਹ ਵਾਰ ਵਾਰ ਸਵਾਲ ਆਉਂਦਾ ਕਿ ਉਹਦਾ ਉਨਾ ਅਪਰਾਧ ਨਹੀਂ ਬਣਦਾ ਸੀ ਜਿੰਨੀ ਉਹਨੂੰ ਸਜ਼ਾ ਦਿੱਤੀ ਗਈ, ਜੇ ਬਾਅਦ ਦੇ ਵਿੱਚ ਮੰਨ ਵੀ ਲਿਆ ਜਾਵੇ ਕਿ ਉਹਨੂੰ ਸਜ਼ਾ ਵੱਧ ਦਿੱਤੀ ਗਈ ਤਾਂ ਉਹਨੂੰ ਫਾਂਸੀ 'ਤੇ ਵਾਪਸ ਨਹੀਂ ਨਾ ਕੀਤੀ ਜਾ ਸਕਦੀ। ਦੇਖੋ, ਤੁਸੀਂ ਸੁਪਰੀਮ ਕੋਰਟ ਦੀ ਕੋਈ ਵੀ ਜੱਜਮੈਂਟ ਜਿਹਦੇ 'ਚ ਫਾਂਸੀ ਦਿੱਤੀ ਜਾਂਦੀ ਹੈ ਜੀ, ਮੈਂ ਜਿਹਦੇ 'ਚ ਵੀ ਗੋਥਰੂ ਹੋਇਆ ਚਾਹੇ ਕਸਾਬ ਦੀ ਹੈ ਕੁਛ ਵੀ ਹੈ ਜੀ, ਉਹ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਨੇ ਬੜੀ ਰੀਜ਼ਨਿੰਗ ਦੇ ਕੇ ਸਭ ਕੇਸਿਸ। ਪਰ ਗਾਂਧੀ ਜੀ, ਇੱਕ ਸਵਾਲ, ਮੈਨੂੰ ਲੱਗਦਾ ਹੈ ਜਿਹੜਾ ਪਾਰਲੀਮੈਂਟ ਅਟੈਕ ਕੇਸ ਸੀਗਾ ਉਹਦੇ ਵਿੱਚ ਗਿਲਾਨੀ ਨੂੰ ਵੀ ਸ਼ੁਰੂ 'ਚ ਸਜ਼ਾ ਹੋਈ ਜੀ, ਬਾਅਦ 'ਚ ਕੋਰਟ ਨੇ ਕਿਹਾ ਨਹੀਂ ਜੀ, ਮਤਲਬ ਜਦੋਂ ਹੋਈ ਸਜ਼ਾ ਜਾਂ ਜਿਹੜੇ ਬੰਦਿਆਂ ਨੂੰ ਉਹਦੇ 'ਚ ਇਨਵੋਲਵ ਕੀਤਾ ਜਾਂਦਾ ਇਸ ਤਰ੍ਹਾਂ ਦੇ ਕੇਸ ਜਿਵੇਂ ਪਾਰਲੀਮੈਂਟ ਅਟੈਕ ਕੇਸ ਸੀ, ਉਹਦੇ ਵਿੱਚ ਲੋਕਾਂ ਦੀ ਭਾਵਨਾ, ਲੋਕ ਮਤਲਬ ਕੋਰਟ ਐਂਡ ਕੋਰਟ, ਉਹ ਲੋਕ ਜਿਨ੍ਹਾਂ ਦੀ ਆਵਾਜ਼ ਸੁਣੀ ਜਾਂਦੀ ਹੈ, ਜਿਹਨਾਂ ਨੂੰ ਤੁਸੀਂ ਪਹਿਚਾਣ ਰਹੇ ਹੋ, ਤੁਸੀਂ ਹਲੇ ਵੀ ਸੋਨੀ ਸੋਰੀ ਦੇ ਨਾਲ ਜੋ ਹੋਇਆ ਉਸ ਗੱਲ ਨੂੰ ਨਹੀਂ ਪਹਿਚਾਣ ਰਹੇ ਹੋ, ਹੋਰ ਬਹੁਤ ਸਾਰੇ ਦੇਸ਼ ਦੇ ਵਿੱਚ ਹਿੱਸਿਆਂ 'ਚ ਹੋ ਰਹੇ ਉਹਨੂੰ ਨਹੀਂ ਪਹਿਚਾਣ ਰਹੇ ਹੋ, ਅਤੇ ਉਹ ਉੱਥੇ ਬੱਚਿਆਂ ਨਾਲ ਕੀ ਹੁੰਦਾ ਉਹਨੂੰ ਵੀ ਨਹੀਂ ਵੇਖ ਰਹੇ ਹਾਂ। ਅਤੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਜਿਹਦੇ ਨੂੰ ਕਿਸੇ ਨੂੰ ਪੁਲਿਸ ਅਪਰਾਧੀ ਬਣਾ ਦਿੰਦੀ ਹੈ, ਕਹਿੰਦੀ ਇਹ ਦੋਸ਼ੀ ਹੈ, ਆਰੋਪੀ ਹੈ, ਉਹਦੇ ਬਾਰੇ ਸਾਡੀ ਭਾਵਨਾ ਐਵੇਂ ਹੀ ਹੁੰਦੀ ਹੈ ਕਿ ਉਹਨੂੰ ਹੁਣ ਫਾਂਸੀ ਦਿਓ ਜੀ। ਜਿਹੜਾ ਲੋਕ ਕੋਰਟ 'ਚ ਜਾ ਕੇ 18 ਬੱਚਿਆਂ ਦੀ ਗੱਲ ਕਰਕੇ ਕੋਹਲੀ ਨੂੰ ਵੀ ਪੈ ਜਾਂਦੇ ਨੇ, ਅਤੇ ਉਹ ਅਲਟੀਮੇਟਲੀ ਕੀ ਕਹਿ ਰਹੇ ਨੇ, ਉਹ ਵੀ ਰੂਲ ਆਫ ਲਾਅ ਦੀ ਗੱਲ ਤਾਂ ਨਹੀਂ ਕਰ ਰਹੇ ਨਾ, ਜਿਹਦੀ ਤੁਸੀਂ ਕਹਿੰਦੇ ਹੋ ਇਹਦੇ ਨਾਲ ਫਾਂਸੀ ਨਾਲ ਰੂਲ ਆਫ ਲਾਅ ਸਟ੍ਰੈਂਥਨ ਹੁੰਦਾ ਜੀ, ਕਿਹੋ ਜਿਹਾ ਰੂਲ ਹੋਏ, ਕਿਹੋ ਜਿਹਾ ਲਾਅ ਹੋਏਗਾ ਜਿਹਦੇ ਨਾਲ ਰੂਲ ਹੋਣਾ ਚਾਹੀਦਾ ਕੰਟਰੀ ਨੂੰ, ਜਾਂ ਕਿਹੋ ਜਿਹਾ ਲਾਅ ਹੋਣਾ ਚਾਹੀਦਾ। ਸਵਾਲ ਇਹ ਹੈ ਕਿ ਸੁਪਰੀਮ ਕੋਰਟ ਸਜ਼ਾਵਾਂ ਦਿੰਦੀ ਹੈ, ਪਰ ਸੁਪਰੀਮ ਕੋਰਟ ਦੇ ਪਰਟੀਕੁਲਰ ਕੇਸ ਦੇ ਵਿੱਚ 2 ਜਾਂ 3 ਬੰਦਿਆਂ ਦੀ ਓਪੀਨੀਅਨ ਨੂੰ, ਸਾਰੀ ਗਵਾਹੀ ਨੂੰ ਵੇਖਣ ਤੋਂ ਬਾਅਦ ਇਹ ਕਹਿ ਦੇਣਾ ਕਿ ਇਸ ਬੰਦੇ ਨੂੰ ਸੁਧਾਰ ਦਾ ਮੌਕਾ ਦੇਣ ਦਾ ਕੋਈ ਆਈਡੀਆ ਨਹੀਂਗਾ, ਇਹ ਆਪਣੇ ਵਿੱਚ ਬੜੀ ਵਿਚਿੱਤਰ ਘਟਨਾ ਹੈ, ਕਿਉਂਕਿ ਸੁਪਰੀਮ ਕੋਰਟ ਸਾਡੀ ਸੰਸਥਾ ਦੇ ਵਿੱਚ ਇੱਕ ਬਹੁਤ ਵੱਡਾ ਸਥਾਨ ਰੱਖਦੀ ਹੈ, ਉਹ ਫੈਸਲੇ ਕਰਦੀ ਹੈ, ਪਰ ਉਹ ਜਿਹੜਾ ਕਾਨੂੰਨ ਹੈ ਜਿਹੜਾ ਸੁਪਰੀਮ ਕੋਰਟ ਨੂੰ ਇੰਨੀ ਸਪੇਸ ਦਿੰਦਾ ਹੈ, ਉਹ ਕਾਨੂੰਨ ਬਾਰੇ ਤਾਂ ਚਰਚਾ ਕੀਤੀ ਜਾਣੀ ਚਾਹੀਦੀ ਹੈ ਕਿ ਕਿਸੇ 3 ਬੰਦਿਆਂ ਨੂੰ ਇਹ ਜਿਹਾ ਮੌਕਾ ਕਿਵੇਂ ਦਿੱਤਾ ਜਾ ਸਕਦਾ ਹੈ ਕਿ ਉਹ ਤੈਅ ਕਰ ਲੈਣ ਕਿ ਇਹਨੂੰ ਸੁਧਰਨ ਦੀ ਲੋੜ ਹੈ ਨਹੀਂ, ਅਦਰਵਾਈਜ਼ ਸੁਧਰਨ ਦੀ ਲੋੜ ਹੈ। ਇਹ ਫੈਸਲਾ ਕਰਨ ਦਾ, ਇਹ ਸਬਜੈਕਟਿਵ ਅਪਰੋਚ ਰੱਖਣ ਦਾ ਮੌਕਾ ਤਾਂ ਕਿਸੇ ਨੂੰ ਵੀ ਨਹੀਂ ਦਿੱਤਾ
जिन्हां दे उत्ते हमला होया जां जिन्हां दे घर दे मारे गए वह जानते हैं कि कितनी तकलीफ है कि इस दलील का भी कोई जवाब है। दलजीत मैं बड़ी समिसिवनेस नाल कहना चाहना कि मैं परसे तकलीफ है इस आरोप तो यह आर्गूमेंट तो कि जो विक्टिम होल्ड का आर्गूमेंट है ये विक्टिम होल्ड का आर्गूमेंट अल्टीमेटली समाज का निर्माण नहीं करता। विक्टिम जोड़ा है वो बड़ा आक्रोश नाल गल करता है बड़े आक्रोशित होकर गल करेगा उन्होंने जो उन्ना ही गल नहीं उन्ना ही सज़ा नहीं दी गई उन्होंने बुरा भी लगता है उन्होंने तकलीफ भी होंगी है पर समाज जी सामूहिक रूप से समाज बनाना है वो विक्टिम होल्ड के आर्गूमेंट नाल नहीं बन सकता। किसी भी मामले तुम वेखोगे जिन्होंने तुम जिथे अपराध होया जो विक्टिम से उन्होंने लगता है कि सज़ा दे देनी चाहिए है अपराधी कौन से उन्होंने नहीं पता होंगे पुलिस एक दिन लभ के कहती है कि यह आरोपी सगा यह अपराधी सगा उन्होंने सज़ा देने की गल करते हैं पर जिथे वो जिन्हों फांसी की सज़ा दी जा रही है वो घरद भी लगता है कि साडा मुंडा तो साडा बंदा तो दोषी नहीं सगा फिर वो विक्टिमहुड का की करोगे तुम ये जो विक्टिमहुड का आर्गूमेंट ये अपने आप किसी तरह के समाज नूं चलाण दे जिहड़े नियम कायदे कानून हुंदे ने जिहड़ा व्यवस्था हुंदी पर हमेशा इदां ही हुंदा कि वी पुलिस ने लभ के लियांदा बहुत बार जिहड़ा हुंदा अपराध हुंदा उह सब दे सामणे हुंदा उहदी जिहड़ी जिहड़ा सबूत हुंदा समाजिक रूप दे विच हाज़र हुंदा कसाब दे मामले विच जिहड़ा सबूत है उह मौके दे उत्ते हाज़र सीगा उहनूं गोली चलाउंदिआं कैमरे दे विच रिकॉर्ड कीता गया नहीं बावजूद इहदे ट्रायल की व्यवस्था है जिहड़ी ट्रायल की व्यवस्था है उह इह बेसिक आर्गूमेंट नूं खारिज करदी है कि मौके तुसीं वेख्या उस तों बाद किसी चीज़ की लोड़ नहीं उस तो बावजूद ही पूरे ट्रायल की लड़ है ना पुलिस इन्वेस्टिगेट करेगी पुलिस उस तो बाद ये भी वेखेगी उसकी गोली तो कोई मरिया कि नहीं मरिया बहुत सारी एविडेंस की लड़ है उस तो ट्रायल होएगा फिर आर्गूमेंट होएगी फिर अपील होएगी जो तुम आर्गूमेंट दे रहे हो ये मुताबिक तो कैमरे के वेख लिया गया उस तो कुछ करने की लड़ नहीं सी तुरंत फांसी दे देनी चाहिए है पर साडे देश का कानून नहीं गया ना ये व्यवस्था नहीं गई कुल मिला के सबूत तो सारे नालों अहम उही साबित होया ना उस मामले दे विच कानून सबूत केड़े नूं तुसीं अहम मन्नोगे सपोज एक सवाल उठता है किसी कैमरे च मैं एक साहब के केस की पर्टिकुलर की गल नहीं कर रहा पर की वीडियो दे विच तुहाडे कोल कैमरे दे विच कोई गल है वो अंतिम सबूत हो सकता है जो तो कोई बंदा उसकी सबूत दे कानूनी नुक्ता हो सकता है पर जो तुहाडा विक्टिम हुड का आर्गूमेंट से मेरी एतराज उस तो है कि जो कसाब के मामले च हो या किसी और मामले च समाज का विक्टिम जिहड़ा है वो आपदी व्यथा आपदी पीड़ा उसे तरह ही व्यक्त करे बहुत वाजिब गल है उन्हें जोर शोर नाल करना ही चाहिए पर देश दे कानून व्यवस्था जिहड़ी है वो विक्टिम हुड दे आर्गूमेंट नाल नहीं बनाई जा सकती फिर आपस च वो टकराव होणगे ते कोई व्यवस्था नहीं टिक पाएगी। सुरेंद्र जी जिहड़ी इह दलील दित्ती जांदी है कि जिहड़ा पीड़ित इह दलील दिंदा कि उस बंदे नूं इन्नी सज़ा दित्ती जानी चाहिए है वो काफ़ी एक भारू सबू दलील के तौर पर पेश किया जाता पर उसका दूजा पक्ष भी है जिमें कसाब माले मामले के एक बीबी जिदे घर के तीन जी मारे गए जिया शकर उहदा नाँ है उन्हें यह कहा कि भी बेशक इन्हें इन्ना घातक काम किया इन्हें कतल किए ने ये तो बाद मेरी जिंदगी मुड़ के उस किस्म की नहीं हो सकती जिस किस्म की पहला सी पर इनू फांसी नहीं दिती जानी चाहिए क्योंकि यह सभ्यक समाज के उत्ते दाग है उन्हूं की कहेंगे तुसीं। देखो जी मैं तो वह बीबी नाल नहीं सहमत है जी जिदे जिदा बंदा मरदा है ना हाँ जी ये दुख उही देख सकता है तो बीबी तो उही सी पर उहदे ते घर दे तीन जी मारे गए ना वो आप मौके ते हाजिर भी सी मतलब जी बीबी कह दी होंगी कि उन्हें फांसी दो फिर तुम सहमत होना सी हुण उहदी पीड़ा नूं पीड़ा नहीं मर रहे ऑफेंस जिहड़ा ऑफेंस अगेंस्ट सोसाइटी है ਉਹਨੂੰ ਫੈਂਸ ਅਗੇ ਸੋਸਾਇਟੀ ਗਿਣਨਾ ਚਾਹੀਦਾ ਈਵਨ ਉਹ ਮਾਫ ਵੀ ਕਰ ਦਵੇ ਮੇਰੀ ਤਾਂ ਆਪਣਾ ਪਰਸਨਲ ਰਾਏ ਹੈ ਬਿਲਕੁਲ ਆਰਗੂਮੈਂਟ ਕਿੱਥੇ ਜਾਏਗਾ ਹਾਂਜੀ ਹੁਣ ਰੀਸੈਂਟਲੀ ਕੇਸ ਪਿੱਛੇ ਹੋਇਆ ਇੱਥੇ ਬੰਬੇ ਦਾ ਹੀ ਹੈ ਮਹਾਰਾਸ਼ਟਰ ਸਟੇਟ ਦਾ ਇੱਕ ਬੰਦੇ ਨੇ ਆਪਣੇ ਘਰ ਦੇ ਆਪਣੇ ਬੱਚੇ ਸਮੇਤ ਜਿੰਦੇ ਜਲਾ ਤੇ ਚਾਰ ਪੰਜ ਉਹਨੂੰ ਸੁਪਰੀਮ ਕੋਰਟ ਨੇ ਫਾਂਸੀ ਦਿੱਤੀ ਔਰ ਉਹਦੇ 'ਚ ਸਾਰੇ ਇਹ ਜਿੰਨੇ ਵੀ ਆਰਗੂਮੈਂਟਸ ਆਏ ਕਿ ਵੀ ਇਹਦੀ ਇਹਨੂੰ ਸੁਧਰਨ ਦਾ ਮੌਕਾ ਦੇਣਾ ਚਾਹੀਦਾ ਉਹ ਸੁਪਰੀਮ ਕੋਰਟ ਨੇ ਕਿਹਾ ਨਹੀਂ ਇਹ ਜਿਹਨੇ ਆਪਣੇ ਫੈਮਿਲੀ ਇਸ ਤਰੀਕੇ ਨਾਲ ਮਿੱਟੀ ਦਾ ਤੇਲ ਪੈਟਰੋਲ ਸਿੱਟ ਕੇ ਅੱਗ ਲਗਾਈ ਹੈ ਉਹਨਾਂ ਨੂੰ ਕੋਈ ਰਹਿਮ ਦੀ ਕੋਈ ਉਹਨਾਂ ਦੀ ਸੁਰਿੰਦਰ ਜੀ ਇੱਕ ਤਾਂ ਗੱਲ ਇਹ ਹੈ ਕਿ ਜਦੋਂ ਜਿਹੜਾ ਅਦਾਲਤ ਦੇ ਹੁਕਮ ਨਾਲ ਕਿਸੇ ਬੰਦੇ ਦਾ ਕਤਲ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਉਹਦੇ ਬਾਰੇ ਇੱਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਇਹ ਰਾਜਤੰਤਰ ਵੱਲੋਂ ਜਾਂ ਸਰਕਾਰ ਵੱਲੋਂ ਬੇਉਂਤਮੰਦ ਢੰਗ ਨਾਲ ਕੀਤਾ ਹੋਇਆ ਕਤਲ ਹੈ ਸਰਕਾਰ ਦੇ ਸਾਹਮਣੇ ਤੇ ਜਿਹੜਾ ਆਮ ਬੰਦਾ ਉਹ ਬਹੁਤ ਕਮਜ਼ੋਰ ਹੈ ਅਤੇ ਦੂਜਾ ਇਹਨੂੰ ਇਹ ਵੀ ਕਿਹਾ ਜਾਂਦਾ ਕਿ ਵੀ ਇਹ ਮੱਧ ਯੁਗੀ ਸਜ਼ਾ ਹੈਗੀ ਹੈ ਹੁਣ ਸਾਡੇ ਕੋਲ ਜਿਸ ਕਿਸਮ ਦਾ ਬੰਦੋਬਸਤ ਹੈਗਾ ਬੰਦੇ ਦੇ ਸੁਧਾਰ ਦੀ ਗੁੰਜਾਇਸ਼ ਹੈ ਜਾਂ ਲੰਬੀ ਦੇਰ ਲਈ ਤਾਂ ਉਮਰ ਲਈ ਵੀ ਉਹਨੂੰ ਜੇਲ੍ਹ 'ਚ ਰੱਖਿਆ ਜਾ ਸਕਦਾ ਫਿਰ ਫਾਂਸੀ ਦੇਣ ਦੀ ਕੀ ਲੋੜ ਪੈ ਗਈ ਹੈ। देखो जिस अपने स्ट्रोंग रूल ऑफ लॉ बना के रखना है तो फांसी तो इस कंट्री एक गल जी मैं थोड़ा तो समझना चाहना कि भी सानू सख्त रूल ऑफ लॉ की ज़्यादा जरूरत है या सानू इंसाफ की मनुख पसंद होने की ज़्यादा लोड़ है।
ने फांसी वैसे ही जदों माछी सिंह दे केस च सुप्रीम कोर्ट ने रीजनिंग दे के गया कि रेयर टू रेयर केस होनी है, ये आम केस नहीं होंदे। मर्डर किन्ने होंदे? सुप्रीम कोर्ट एक चंडीगढ़ छोटा जा शहर है, इत्थे भी 30-35 मर्डर हो जांदे हैं जी, छोटे जे शहर च भी जी, एवरेज साल दे 30-35 तो भी उत्ते हो जांदे मर्डर जी। किन्ने केसां च फांसी होंदी? पंजाब है, हरियाणा है, रेयर टू रेयर। सुप्रीम कोर्ट ने बार बार किया है कि रेयर टू रेयर केस फांसी होनी है, और रीजनिंग साउंड रीजनिंग दिती होंगी हर केस जिथे भी फांसी दिती जाती है। 303 सैक्शन सीगा IPC दा, उस तो पहला कोई परोल ते आंदा सीगा अगर वो मर्डर कर दे उते चार्ज 303 दा लगदा सीगा। सुप्रीम कोर्ट ने क्वेश्चन करता अनकॉन्स्टिट्यूशनल किया, कहिंदा भी फांसी जिहड़े फांसी दा चार्ज असीं लगाई नहीं, ले गलत है। तो कोई भी जिदे च भी फांसी दी गई है, जिन्नी भी रीसेंटली जजमेंट्स आई हैं, सारे च लिखा गया है भी इहनू सुधार दा कोई इहदी लोड़ नहीं है, इहनू फांसी ही इहदा इक्को ही है जी। ते ताकि लोकां च भी ये डर होवे भी स्टेट भी है जी। राजीव जिहड़ा इह गल इह कह रहे हैं कि क्योंकि ऑलरेडी रेयर टू रेयर मतलब बहुत ही घट मामलों के फांसी दी गई है, तो हिंदुस्तान दे विच जिहड़ी हैगी 4-5 साल लगातार फांसी नहीं दी गई, पिछले साल 2 बंदियां नूं दी गई है, तो जे इस किस्म नाल होवे ते तुहानूं की इतराज़ है इस गल दे? मैं इस मुद्दे ते नहीं खड़ा कि मैं तो परसे फांसी के खिलाफ हाँ, मैं जो बार बार जी कह रहा मैं फांसी का कि कानूनन कोई सज़ा फांसी के तौर पर हो सकती है, मैं ऐसे कानून होने पर ही एतराज है कि कानून कोई कवे कि तुसी पूरा देश समझ के पूरा देश आपके हिसाब से कानून बनाएगा व्यवस्था बनाएगा, वो कहेगा कि पर्टिकुलर हालत के किसी के जीवन लिता जा सकता है, ये मैं परसे तो दिक्कत है। इस करके वो जो उदाहरण है कि अच्छा बहुत सजावान मसाला ने कि कोई बंदा सीरियल किलर है जहाँ मतलब वो खास किस्म का अपराध करता है बच्चों के खिलाफ कोई अपराध कि साडे कोल जी व्यवस्था है कि असीं उन्हूं लगातार बंदी रख सकते हैं, लगातार कैद च रख सकते हैं, तो सीरियल किलर है तो उन्हें पहला जो किया उस तो बाद अल्टीमेटली तुसीं उन्हें खत्म कर देना चाहते हो, जदों कि तुसीं उहदा बेसिक आइडिया तुहाडा उहदा अपराध रोकना सी कि अपराधी ना अपराध ना बने जी। फिर जिहड़ी सारी दी सारी गल है रेयर ऑफ रेयर केसिस दी गल, सुप्रीम कोर्ट दी गल, सुप्रीम कोर्ट उदों फांसी दी सज़ा नूं अपहेल्ड करदा है जदों कानून तुहाडे देश दे विच है, देश का जो कानून बनना है वो सुप्रीम कोर्ट ने नहीं नहीं बनाना, पार्लीमेंट ने बनाना है, पार्लीमेंट नूं चुनदा है देश, पार्लीमेंट दे विच किस तरह के कानून बने ये देश की चेतना का हिस्सा उस सेंस से होना चाहिए जो एक सामूहिक चेतना जिहदा कोई पैमाना होवे वो उस विचार करे, इस अल्टीमेटली विचार नहीं होंदा। हुण अल्टीमेटली सुप्रीम कोर्ट की इस पूरी व्यवस्था के भी कोई 2 या 3 जज बह के ही आपका फैसला करेंगे, ये कहेंगे कि ये रेयर ऑफ रेयर केस है, समाज की कल्पना करते हो जिथे कानून यह कहेगा किसी बंदे का जीवन लिया जा सकता है। कतल की है? कतल तो ऐसी बिना किसी कानूनी विधि तो प्रक्रिया तो अचानक सीधा मर्डर कर देना कतल कर देना कतल है, पर तुम कहोगे कानून का प्रक्रिया होगी जी जीवन ले लेगी, दोवां का नतीजा दोवां का एको है ना जी, तो कानून तो एक व्यक्ति के इंडिविजुअल के एक्शन जोड़े ने उन्होंने एक स्तर पर आ जा, रूल ऑफ लॉ का कोई समाज नहीं हो सकता। रूल ऑफ लॉ केड़ा होएगा जिथे इंसाफ की गल होएगी, जिथे बराबरी की गल होएगी, तो फिर ये इन्ने सारे सबजैक्टिविटी जिथे होएगी, कितने चेतना का सवाल आएगा, कितने किसके खिलाफ केस बनता है, किसके खिलाफ गवाही आती है, वह सवाल भी होंगे, किन्ने किन्ने बंद मर्डर हो जाएंगे उन्होंने कोई पूछेगा नहीं, ये सारा जिहड़ा अनईवन समाज है जिसे समाज के बहुत बड़ा हिस्सा दबा कुचला है हाजिर पे है वो गल सुना ना जाता है उसे इस तरह के आर्गूमेंट। दलील बिल्कुल स्पष्ट हो गया, तुम दोवें अज की इस चर्चा में शामिल हुए, थोड़ा बहुत बहुत धन्यवाद। मौत की सज़ा की धारणा ठोस सवालों के घेरे में है, इस सज़ा नाल जुड़ियां जांदियां इंसाफ और सबक दियां धारणावां विच ज़्यादा वजन नहीं जापता, मौजूदा दौर विच ये सोचना बनता है कि अपराध की रोकथाम किवें कीती जा सकती है और अपराधियों नूं सुधार दे राह किवें पाया जा सकता है। समाज ने सभ्यता दे राह अगे तुरना है तो उसनूं इन्हां सवालों नाल दो चार होना ही पएगा। नमस्कार, सत श्री अकाल, खुद हाफिज़। खबरां दी दुनिया विच आओ, साडे नाल कदे वी ते कितों वी जुड़ो, आपां मिलांगे फेसबुक ते, असीं दिखांगे यूट्यूब ते, सानूं फॉलो करो ट्विटर ते, खबरां नाल जुड़े रहो दिन रात।